ਕਾਲੂ ਨਾਏ ਤਾਹੇ ਪਦ ਸੀਸ ਨੈ ਬਸਾਰੂ ਖਿਨ ਏਕੋ ਈਸ ਟੇਕ ਜਨਮ ਮਰਨ ਅਰ ਜਗ ਜਾਲਾ ਨਾਮ ਪਰਤਾਪਨਾ ਵਿਆਪੇ ਬਿਆਲਾ ਅਗਤ ਬਿਗਤ ਅਨਾਦ ਅਨੂਪਾ ਵਿਸ਼ਮ ਵਿਆਪਕ ਬ੍ਰਹਮ ਅਰੂਪਾ ਕਟ ਕਟ ਤੇ ਦੇਖਿਐ ਤ ਐਸੇ ਜਲ ਮੇ ਲਹਿਰ ਲਹਿਰ ਜਲ ਜੈ ਸੇ ਕਹੇ ਰ ਵਿਦਾਸ ਹਰ ਸਰਬ ਵਿਆਪਕ ਸਰਬ ਚਿੰਤਾ ਮਨ ਸਰਬ ਪ੍ਰਤਪਾਲਕ ਆਜਨੇ ਗੁਰਪਸਾਤ ਸੰਗਤ ਜੀ ਤਨ ਤਨ ਜਗਤ ਗੁਰ ਵਿਦਾਤ ਜੀ ਮਹਾਰਾਜ ਸਭ ਜੀਵਾਂ ਨੂੰ ਕਾਲ ਦੇ ਪ੍ਰਭਾਵ ਤੋਂ ਮੁਕਤ ਹੋਣ ਲਈ ਸਰਬਿਖੇ ਰਮੇ ਹੋਏ ਸਰਬ ਵਿਆਪਕ ਪ੍ਰਭੂ ਦਾ ਸਿਮਰਨ ਕਰਨ ਦਾ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ ਕਾਲੋ ਨਾਏ ਤਾਹੇ ਪਦ ਸੀਸ ਨੈ ਬਸਾਰੂ ਖਿਨ ਏਖੋ ਈਸ ਕਾਲੋ ਨਾਹੇ ਤਾਹੇ ਪਦ ਸੀਸ ਨਾਹੇ ਬਿਸਾਰੂ ਬਿਨ ਏਕੋ ਈਸ ਸਤਿਗੁਰ ਵਿਦਾਸ ਮਹਾਰਾਜੀ ਫਰਮਾਉਂਦੇ ਹਨ ਜੋ ਕਾਲ ਦੇ ਪ੍ਰਭਾਵ ਤੋਂ ਮੁਕਤ ਪ੍ਰਭੂ ਹੈ ਜਿਸ ਪ੍ਰਭੂ ਦਾ ਸਿਮਰਨ ਕਰਕੇ ਜੀਵ ਕਾਲ ਤੋਂ ਮੁਕਤ ਹੋ ਜਾਂਦਾ ਹੈ ਉਸ ਦੇ ਮੈਂ ਚਰਨਾ ਕਮਲਾਂ ਵਿੱਚ ਆਪਣਾ ਸੀਸ ਰੱਖਦਾ ਹਾਂ ਮੈਂ ਉਸ ਸਰਬਵਿਆਪਕ ਪ੍ਰਭੂ ਨੂੰ ਇੱਕ ਛਿਨ ਮਾਤਰ ਵੀ ਨਹੀਂ ਭੁੱਲਦਾ ਹਮੇਸ਼ਾ ਉਸ ਨੂੰ ਯਾਦ ਕਰਦਾ ਹਾਂ ਜਨਮ ਮਰਨ ਅਰ ਜਗ ਜਾਲ ਨਾਮ ਪ੍ਰਤਾਪਨਾ ਵਿਆਪੇ ਬਿਆਲਾ ਅਗਤ ਬਗਤ ਅਨਾਦ ਅਨੂਪਾ ਵਿਸ਼ਵ ਵਿਆਪਕ ਬ੍ਰਹਮ ਆਰੂਪਾ ਜਨਮ ਮਰਨ ਔਰ ਜਗ ਜਾਲਾ ਨਾਮ ਪ੍ਰਤਾਪ ਨਾਮ ਵਿਆਪੈ ਵਿਆਲਾ ਪ੍ਰਭੂ ਦੇ ਨਾਮ ਦੇ ਪ੍ਰਤਾਪ ਕਰਕੇ ਜੀਵ ਨੂੰ ਜਨਮ ਮਨ ਰੂਪੀ ਦੁੱਖ ਔਰ ਸੰਸਾਰੀ ਜੰਜਾਲ ਨਹੀਂ ਵਿਆਪਦੇ ਪਾਪ ਜੀਵਨਾਚ ਨਹੀਂ ਫਸਦਾ ਔਰ ਨਾਮ ਦੇ ਪ੍ਰਤਾਪ ਕਰਕੇ ਹੀ ਇਹ ਜੋ ਜੀਵ ਹੈ ਸੰਸਾਰ ਦੇ ਜੰਜਾਲਾਂ ਦੇ ਪ੍ਰਭਾਵ ਤੋਂ ਮੁਕਤ ਹੋ ਜਾਂਦਾ ਹੈ ਅਗਤ ਬਿਗਤ ਅਨਾਦ ਅਨੂਪਾ ਵਿਸ਼ਵ ਵਿਆਪਕ ਬ੍ਰह्म अरूपा ਪ੍ਰਭੂ ਅਗਤ ਹੈ ਜਿਸ ਦੀ ਗਤੀ ਨੂੰ ਕੋਈ ਜਾਣ ਨਹੀਂ ਸਕਦਾ ਬਿਗਤ ਉਹ ਪ੍ਰਭੂ ਘਟਦਾ ਵੱਧਦਾ ਨਹੀਂ ਹੈ ਪ੍ਰਭੂ ਅਨਹਦ ਹੈ ਔਰ ਅਨੂਪਮ ਹੈ ਸਾਰੇ ਸੰਸਾਰ ਦੇ ਕਣ-ਕਣ ਵਿੱਚ ਵਿਆਪਕ ਹੈ ਅਤੇ ਪ੍ਰਭੂ ਬ੍ਰਹਮ ਹੈ ਜਿਸ ਦਾ ਕੋਈ ਪ੍ਰਭੂ ਦੀ ਗਤੀ ਨੂੰ ਕੋਈ ਜਾਣ ਨਹੀਂ ਸਕਦਾ ਉਹ ਨਾ ਘਟਦਾ ਵਧਦਾ ਹੈ ਉਹ ਅਨਹਦ ਹੈ ਅਨੂਪਮ ਹੈ ਐਸਾ ਪ੍ਰਭੂ ਸਾਰੇ ਸੰਸਾਰ ਦੇ ਬ੍ਰਹਮੰਡ ਵਿੱਚ ਵਿਆਪਕ ਹੈ ਉਸ ਪ੍ਰਭੂ ਦਾ ਕੋਈ ਵਿਸ਼ੇਸ਼ ਰੂਪ ਨਹੀਂ ਹੈ ਔਰ ਜੋ ਜੀਵ ऐसे प्रभु ਦਾ ਸਿਮਰਨ ਕਰਦਾ ਹੈ ਉਹ ਸਭ ਜੰਜਾਲਾ ਤੋਂ ਮੁਕਤ ਹੋ ਜਾਂਦਾ ਹੈ ਕਟ ਕਟ ਤੈ ਦੇਖਿਤ ਐਸੇ ਜਲ ਮੈਂ ਲਹਿਰ ਲਹਿਰ ਜਲ ਜੈ ਸੇਹ ਡਹਿਰ ਵਿਦਾਸ ਹਰ ਸਰਬ ਵਿਆਪਕ ਸਰਬ ਚਿੰਤਾ ਮਣ ਸਰਬ ਪ੍ਰਿਤ ਪਾਲਕ ਕਟ ਕਟ ਤੇ ਪੇਖਿਤ ਐਸੇ ਜਲ ਮੇ ਲਹਿਰ ਲਹਿਰ ਜਲ ਜੈਸੇ ਪ੍ਰਭੂ ਸਾਰੇ ਸੰਸਾਰ ਦੇ ਕਣ ਕਣ ਵਿੱਚ ਇਸ ਪ੍ਰਕਾਰ ਬਿਰਾਜਮਾਨ ਹੈ ਜਿਵੇਂ ਪਾਣੀ ਲਹਿਰਾਂ ਵਿੱਚ ਲਹਿਰਾਂ ਪਾਣੀ ਵਿੱਚ ਸਮਾਨਿਆ ਹੁੰਨਿਆ ਹਨ ਇਸੇ ਪ੍ਰਕਾਰ ਪ੍ਰਭੂ ਸੰਸਾਰ ਦੇ ਕਣਕਣ ਵਿੱਚ ਵਿਆਪਕ ਹੈ ਕਹਿ ਰਵਿਦਾਸ ਸਰ ਸਰ ਵਿਆਪਕ ਸਰਬ ਚਿੰਤਾਮਨ ਸਰਪ੍ਰਤਪਾਲਕ ਸਤਿਗੁਰ ਵਿਦਾਸ ਮਹਾਰਾਜ ਜੀ ਉਚਾਰਨ ਕਰਦੇ ਹਨ ਕਿ ਹਰ ਸਰ ਵਿਆਪਕ ਹੈ ਘਟ ਘਟ ਵਿੱਚ ਬਿਰਾਜਮਾਨ ਹੈ ਔਰ ਸਭ ਜੀਵਾਂ ਦੀਆਂ ਚਿੰਤਾਵਾਂ ਦੂਰ ਕਰਨ ਵਾਲਾ ਹੈ ਔਰ ਸਭ ਜੀਵਾਂ ਦੀ ਪਾਲਣਾ ਕਰਨ ਵਾਲਾ ਹੈ ऐसे प्रभु ਦੇ ਚਰਨਾ ਕਮਲਾਂ ਵਿੱਚ ਸਮਰਪਿਤ ਹੋ ਕੇ ਜੀਵ ਦਾ ਮੂਲਕ ਜਨਮ ਸਫਲ ਹੋ ਜਾਂਦਾ ਹੈ ਇਸ ਲਈ ਸਭ ਜੀਵਾਂ ਨੂੰ ਉਸ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ